ਟਕਸਾਲੀ ਕਾਂਗਰਸ ਬਹੁਤ ਸਾਰੇ ਲੋਕ ਰੁੱਸੇ ਘਰਾਂ 'ਚ ਬੈਠੇ ਆ, ਇਹ ਗੱਲ ਕਹਿ ਦੇਣੀ ਜਿਹਨੇ ਜਾਣਾ ਜਾਏ ਇਹ ਗਲਤ ਹੈ। ਕਲੀਅਰ ਏਜੰਡਾ ਹੈ, ਜੇ ਉਹ ਏਜੰਡਾ ਪਏ ਮੈਂ ਹਮੇਸ਼ਾ ਕਰਕੇ ਇਹਨਾਂ ਨਾਲ ਰਹਾਂਗੇ। ਸਾਰੇ ਰੁੱਸਿਆਂ ਨੂੰ ਮਨਾਉਣਾ ਹੈ, ਉਹਨਾਂ ਦੇ ਆਸ਼ੀਰਵਾਦ ਲੈਣੇ ਹੈ। ਸਾਡੇ ਲਈ ਉਹ ਕਾਂਗਰਸ ਦਾ ਜੋ ਕਾਂਗਰਸ ਨੂੰ ਮਜ਼ਬੂਤ ਕਰਦਾ, ਜੋ ਕਾਂਗਰਸ ਦੀ ਗੱਲ ਕਰਦਾ, ਜੋ ਕਾਂਗਰਸ ਨੂੰ ਤਕੜਾ ਕਰਦਾ। ਅੱਜ ਬੀਬੀ ਜੀ ਦੇ ਘਰੇ ਇਕੱਠੇ ਹੋਏ ਹਾਂ ਔਰ ਮੈਂ ਪਹਿਲਾਂ ਤੋਂ ਕਹਿੰਦਾ ਆਇਆ ਕਿ ਅਸੀਂ ਜੜ ਸਿੰਚਣੀ ਹੈ ਕਾਂਗਰਸ ਦੀ। ਟਕਸਾਲੀ ਕਾਂਗਰਸ ਬਹੁਤ ਸਾਰੇ ਲੋਕ ਰੁੱਸੇ ਘਰਾਂ 'ਚ ਬੈਠੇ ਆ, ਇਹ ਗੱਲ ਕਹਿ ਦੇਣੀ ਵੀ ਜਿਹਨੇ ਜਾਣਾ ਜਾਏ ਇਹ ਗਲਤ ਹੈ। ਸਾਰੇ ਰੁੱਸਿਆਂ ਨੂੰ ਮਨਾਉਣਾ ਹੈ, ਉਹਨਾਂ ਦੇ ਆਸ਼ੀਰਵਾਦ ਲੈਣੇ ਹੈ, ਉਹਨਾਂ ਤੋਂ ਸੇਧ ਲੈਣੀ ਹੈ। ਅਤੇ ਜਿਹਨਾਂ ਨਾਲ ਮੈਂ ਅੱਜ ਬੈਠਾ ਉਹ ਸੰਸਥਾ ਸਰੂਪ ਨੇ, ਸੰਸਥਾਵਾਂ ਮਰਦੀਆਂ ਨਹੀਂ, ਪੀੜ੍ਹੀ ਦਰ ਪੀੜ੍ਹੀ ਲੋਕਾਂ ਨੂੰ ਪ੍ਰੇਰਣਾ ਦਿੰਦੀਆਂ ਨੇ। ਇਸ ਕਰਕੇ ਇਸ ਜੜ ਨੂੰ ਸਿੰਚੇ ਬਿਨਾਂ ਅਸੀਂ ਅੱਗੇ ਵੱਧ ਨਹੀਂ ਸਕਦੇ। ਅਸੀਂ ਮਾਫੀਆ ਮੁਕਾਉਣਾ, ਇਮਾਨਦਾਰੀ ਦਾ ਝੰਡਾ ਤਾਂ ਕਰਨਾ, ਅਤੇ ਕਾਂਗਰਸ ਜਿਹੜੀ ਹੈ ਉਹ ਜੋੜਨੀ ਹੈ। ਜੋੜਨ ਵਾਲੇ ਨੂੰ ਮਾਨ, ਤੋੜਨ ਵਾਲੇ ਨੂੰ ਅਪਮਾਨ, ਔਰ ਜਿੰਨਾ ਜੋੜ ਦਿਆਂਗੇ ਉਨੇ ਤਕੜੇ ਹੋ ਜਾਣ। ਸੋ ਇਹ ਝੰਡਾ ਬਰਦਾਰ ਬਣ ਕੇ ਅਸੀਂ ਸਾਰੇ ਨਿਕਲੇ ਹਾਂ, ਅਤੇ ਇਹਨਾਂ ਦੇ ਆਸ਼ੀਰਵਾਦ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਸੀ ਕਿ ਸ਼ੁਰੂਆਤ ਹੋ ਸਕਦੀ ਸੀ। ਇਸ ਕਰਕੇ ਅੱਜ ਇਹਨਾਂ ਦੇ ਚਰਨਾਂ 'ਚ ਬੈਠ ਕੇ ਸੇਧ ਲੈ ਕੇ ਇਹ ਚੰਗੇ ਕੰਮ ਦੀ ਸ਼ੁਰੂਆਤ ਹੋਈ ਹੈ। ਬੀਬੀ ਸਹਿਯੋਗ ਦੇ ਰਹੇ ਹੋ ਕਿ ਨਹੀਂ ਦੇ ਰਹੇ? ਦੇਖੋ, ਕਾਂਗਰਸ ਵਿੱਚ ਜੋ ਸਾਡਾ ਬੇਟਾ ਹੈ, ਉਸ ਪਰਿਵਾਰ ਦਾ ਬੱਚਾ, ਮੈਂ ਪਹਿਲੀ ਵਾਰ ਦੁਬਾਰਾ ਜਦੋਂ ਵੀ ਕਿਹਾ ਸੀ ਤਾਂ ਅੱਜ ਵੀ ਕਹਿੰਦੀ ਹਾਂ, ਉਸ ਪਰਿਵਾਰ ਦਾ ਬੇਟਾ ਜਿਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਕਾਂਗਰਸ ਨਾਲ ਇੱਕ ਨਾਮ ਚਮਕਾ ਕੇ ਆਪਣੇ ਸਾਰੇ ਸੈਕਰੀਫਾਈਸ ਕਰਕੇ ਇੱਕ ਅੱਛੀ ਥਾਂ 'ਤੇ ਪਹੁੰਚਾਇਆ। ਉਸੇ ਨਜ਼ਰੀਏ ਦੇ ਪੱਖੋਂ ਅਸੀਂ ਇਹਨਾਂ ਨੂੰ ਦੇਖਦੇ ਹਾਂ, ਔਰ ਜੋ ਅੱਜ ਇਹਨਾਂ ਨੇ ਕਾਂਗਰਸ ਦੀ ਗੱਲ ਕੀਤੀ ਅੱਜ ਵੀ ਜਾਂ ਪਹਿਲਾਂ ਵੀ ਕੀਤੀ ਹੈ, ਜਾਂ ਅਜੇ 4 ਦਿਨ ਹੋਏ ਆ ਜਿਹਨੂੰ ਆਇਆ ਨੂੰ, ਬੰਦਾ ਥੱਕਿਆ ਟੁੱਟਿਆ ਆਪਣੇ ਘਰ 'ਚ ਜਾਂਦਾ, ਅਤੇ ਅੱਜ ਇਹ ਪਾਰਟੀ ਦੇ ਪੱਧਰ 'ਤੇ ਪਲੈਟਫਾਰਮ ਦੇ ਉੱਤੇ ਪਾਰਟੀ ਮਜ਼ਬੂਤ ਕਰਨ ਦਾ ਇੱਕ ਲੈ ਕੇ ਆਪਣਾ ਸੁਪਨਾ ਤੁਰਿਆ। ਅਤੇ ਸਾਡੇ ਕਾਂਗਰਸਮੈਨ ਜਿਹੜੇ ਅਸੀਂ ਬੈਠੇ ਹੈਗੇ ਹਾਂ, ਸਾਰੇ ਕਾਂਗਰਸੀ ਆ, ਕਾਂਗਰਸ 'ਚ ਵੱਡੇ ਪੜੇ ਹੋਏ ਆ, ਕਾਂਗਰਸ ਬੈਠੇ ਆ। ਸਾਡੇ ਲਈ ਉਹ ਕਾਂਗਰਸਮੈਨ ਜੋ ਕਾਂਗਰਸ ਨੂੰ ਮਜ਼ਬੂਤ ਕਰਦਾ, ਜੋ ਕਾਂਗਰਸ ਦੀ ਗੱਲ ਕਰਦਾ, ਜੋ ਕਾਂਗਰਸ ਨੂੰ ਤਕੜਾ ਕਰਦਾ, ਸਾਡੇ ਲਈ ਸਾਡਾ ਪੁੱਤਰ ਹੈ, ਅਸੀਂ ਉਸ ਤਰੀਕੇ। ਔਰ ਮੈਂ ਤਾਂ ਇਹ ਕਹਿੰਦਾ ਜੀ, ਅਹੁਦਿਆਂ ਦੀ ਲੋੜ ਹੀ ਹੈ ਨਹੀਂ ਕੋਈ, ਲੀਡਰ ਅਹੁਦੇ ਨਾਲ ਨਹੀਂ ਹੁੰਦਾ, ਲੀਡਰ ਕ੍ਰੈਡੀਬਿਲਿਟੀ ਨਾਲ ਹੁੰਦਾ, ਕਿਰਦਾਰਾਂ ਨਾਲ ਹੁੰਦਾ, ਔਰ ਭਰੋਸੇ ਨਾਲ ਹੁੰਦਾ। ਇਹ ਮਤਲਬ ਮੈਂ ਚਾਹੁੰਦਾ ਕਿ ਤੁਸੀਂ ਵੀ ਅਗਰ ਤੁਸੀਂ ਥੋੜ੍ਹਾ ਬਹੁਤ ਗੱਲ ਕਰੋ। ਗੱਲ ਇਹ ਹੈ ਜੀ, ਜਿੱਥੇ ਤੱਕ ਸਿੱਧੂ ਸਾਹਿਬ ਦਾ ਸਵਾਲ ਹੈ, ਤੁਸੀਂ ਵੀ ਜਾਣਦੇ, ਮੈਂ ਵੀ ਜਾਣਦਾ, ਇਹ ਪੁਰਾਣੇ ਟਕਸਾਲੀ ਪਠਾਣ ਨਾਲ ਸੰਬੰਧਿਤ ਇਹਨਾਂ ਦੇ ਪਿਤਾ ਜੀ ਜਿਹੜੇ ਆ, ਮੇਰੇ ਤਾਂ ਹੋਰ ਰਾਜਨੀਤਿਕ ਗੌਡ ਫਾਦਰ ਸੀ। 1968 ਉਹਨਾਂ ਨੇ ਪਹਿਲੀ ਵਾਰ ਮੈਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਬਣਾਇਆ, ਜਿਹਦੇ ਦੇ ਪ੍ਰਧਾਨ ਸੀਗੇ, ਔਰ 1968 ਤੋਂ ਲੈ ਕੇ ਅੱਜ ਤੱਕ 55 ਸਾਲ ਹੋ ਗਏ। ਜਿਹੜਾ ਝੰਡਾ ਉਹਨਾਂ ਨੇ ਹੱਥ 'ਚ ਪੜਾਇਆ ਸੀ, ਅਸੀਂ ਟੇਢਾ ਨਹੀਂ ਆਉਂਦੇ ਆ ਅੱਜ ਤੱਕ, ਔਰ ਕਦੇ ਲਚਕ ਨਹੀਂ ਆਈ। ਇਹ ਉਹਨਾਂ ਦੇ ਜਿਹੜੇ ਸੰਸਕਾਰ ਸਾਨੂੰ ਮਿਲੇ, ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦਾ ਲਖਤੇ ਜਿਗਰ ਬਾਬਰ ਸ਼ੇਰ ਨਵਜੋਤ ਸਿੱਧੂ ਸਾਡੇ ਸਾਰਿਆਂ ਦੇ ਦਰਮਿਆਨ 'ਚ ਬੈਠਾ, ਔਰ ਇਹ ਪਰਿਵਾਰ ਟਕਸਾਲੀ ਪਰਿਵਾਰ ਹੈ। ਉਹ ਆਪ ਪਹਿਲੇ ਰਹੇ ਪੈਸੂ ਦੇ ਵਕਤ, ਔਰ ਐਮ ਐਲ ਸੀ ਬਣੇ ਜੁਆਇੰਟ ਪੰਜਾਬ। ਇਹਨਾਂ ਦੀ ਮਾਤਾ ਜੀ
ਸਾਲ 72 ਤੇ ਸਾਲ 75 ਚ ਦੋ ਵਾਰ ਕਾਂਗਰਸ ਪਾਰਟੀ ਦੇ ਟਿਕਟ ਤੇ ਹਲਕੇ ਨਿਕਾਲੇ ਤੋਂ ਲੜੇ। 77 ਚ ਫਿਰ ਮੈਨੂੰ ਲੜਨ ਦਾ ਮੌਕਾ ਸਰਦਾਰ ਭਗਵੰਤ ਸਿੰਘ ਜੀ ਨੇ ਦਿੱਤਾ। ਔਰ ਸਾਡੀ ਇੱਛਾ ਇਹ ਹੈ ਕਿ ਅਸੀਂ ਜਿਹੜੇ ਪਰਵਾਣੇ ਟਕਸਾਲੀ ਪਰਿਵਾਰ ਨਾਲ ਸੰਬੰਧਿਤ ਜਿਨ੍ਹਾਂ ਦੀ ਅਣਦੇਖੀ ਹੋਈ ਹੈ ਪਿਛਲੀ ਸਰਕਾਰ ਚ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ, ਉਸ ਕਰਕੇ ਉਹ ਛੱਡ ਕੇ ਨਹੀਂ ਗਿਆ ਕਾਂਗਰਸ ਚ। ਜਿਹੜੇ ਟਕਸਾਲੀ ਕਾਂਗਰਸ ਸੀ ਉਹਨਾਂ ਦੇ ਖੂਨ ਚ ਕਾਂਗਰਸ ਹੈ, ਕਾਂਗਰਸ ਨੂੰ ਛੱਡ ਨਹੀਂ ਸਕਦੇ। ਪਰ ਮਾਯੂਸ ਹੋ ਕੇ ਘਰਾਂ ਚ ਬਹਿ ਗਏ, ਮਾਯੂਸ ਹੋ ਕੇ ਘਰਾਂ ਚ ਬਹਿ ਗਏ। ਅੱਜ ਜੋ ਅਸੀਂ ਫੈਸਲਾ ਕੀਤਾ ਸਾਰੇ ਉਹਨਾਂ ਬੰਦਿਆਂ ਨੂੰ ਜਿਹਨਾਂ ਨੇ ਕਾਂਗਰਸ ਵਾਸਤੇ ਏਡੀ ਵੱਡੀ ਦੇਣ ਦਿੱਤੀ ਹੈ, ਉਹਨਾਂ ਨੂੰ ਅਸੀਂ ਘਰਾਂ ਚੋਂ ਕੱਢ ਕੇ ਲਿਆਵਾਂਗੇ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਾਂਗੇ। ਔਰ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ, ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਕੁਛ ਨਹੀਂ ਮੰਗਦੇ ਪ੍ਰਣਾਲੀ ਚ ਕਾਂਗਰਸ, ਇਹ ਸਿਰਫ ਮਾਨ ਸਰਕਾਰ ਮੰਗਦੇ, ਮਾਨ ਸਰਕਾਰ ਇਹਨਾਂ ਨੂੰ ਨਹੀਂ ਮਿਲਿਆ। ਸਾਡਾ ਫਰਜ਼ ਹੈ ਜਿੰਨੇ ਪੁਰਾਣੇ ਟਕਸਾਲੀ ਕਾਂਗਰਸੀ ਹੈ ਉਹਨਾਂ ਦਾ ਮਾਨ ਸਰਕਾਰ ਪੂਰਾ ਹੋਵੇ। ਉਹਨਾਂ ਦੀ ਇੱਛਾ ਇਹ ਹੈ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹਨੂੰ ਤਕੜਾ ਹੱਲਾਸ਼ੇਰੀ ਦੇ ਕੇ ਅੱਗੇ ਕਰੀਏ, ਤਾਂ ਕਿ ਪੰਜਾਬ ਦਾ ਜਿਹੜਾ ਆਉਣ ਵਾਲਾ ਸਮਾਂ ਭਵਿੱਖ ਹੈ ਉਹ ਨੌਜਵਾਨਾਂ ਦਾ ਭਵਿੱਖ ਹੈ, ਜਿਹੜਾ ਅੱਜ ਗਲਤ ਰਸਤੇ ਪਿਆ ਵਾ, ਗੁਮਰਾਹ ਹੋਇਆ ਵਾ, ਉਸਨੂੰ ਲਾਮਬੱਧ ਕਰਕੇ ਜਿਹੜੇ ਪੁਰਾਣੇ ਟਕਸਾਲੀ ਕਾਂਗਰਸੀ ਹੈ ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਤੁਹਾਡੇ ਸਾਰਿਆਂ ਦੀ ਰਹਿਨਮਾਈ ਥੱਲੇ ਕਾਂਗਰਸ ਮਜ਼ਬੂਤ ਹੋਏਗੀ, ਮੈਨੂੰ ਇਸ ਗੱਲ ਦਾ ਭਰੋਸਾ। ਔਰ ਮੈਂ ਧੰਨਵਾਦੀ ਹਾਂ ਮੈਡਮ ਭੱਠਲ ਜੀ ਦਾ, ਕੇ ਪੀ ਸਾਹਿਬ ਦਾ, ਦੁੱਗਲ ਸਾਹਿਬ ਦਾ, ਤੁਹਾਡਾ, ਤੁਸੀਂ ਸਾਰੇ ਅੱਜ ਇਕੱਠੇ ਬੈਠ ਕੇ ਇਹ ਜਿਹੜਾ ਫੈਸਲਾ ਟਕਸਾਲੀ ਕਾਂਗਰਸੀਆਂ ਦੀ ਰਹਿਨਮਾਈ ਵਾਸਤੇ, ਬਿਹਤਰੀ ਵਾਸਤੇ ਫੈਸਲਾ ਕੀਤਾ, ਇਸ ਨਾਲ ਕਾਂਗਰਸ ਹੋਰ ਮਜ਼ਬੂਤ ਹੋਏਗੀ ਔਰ ਨੌਜਵਾਨ ਪੀੜ੍ਹੀ ਤਕੜੀ ਹੋ ਕੇ ਅੱਗੇ ਲੜਾਈ ਕਰਵਾ। ਦੁੱਲੂ ਸਾਹਿਬ ਮਾਫੀਆ ਨਾਲ ਲੜਦੇ ਰਹੇ ਆ, ਮੈਂ ਤਾਂ ਪ੍ਰੇਰਣਾ ਇਹਨੂੰ ਲੈਣਾ, ਤੁਸੀਂ ਬੋਲੋ। ਸਿੱਧੂ ਸਾਹਿਬ ਦੇ ਬਾਰੇ ਬੀਬੀ ਉਹਨਾਂ ਨੇ ਸਰਦਾਰ ਲਾਲ ਸਿੰਘ ਨੇ ਇਹਨਾਂ ਦੇ ਕਿਸੇ ਅਜੀਬ ਬਾਰੇ ਜੋ ਦੱਸਿਆ ਹੈ ਉਹ ਮੈਂ ਸ਼ੇਅਰ ਕਰਦਾ, ਕਿਉਂਕਿ ਮੈਨੂੰ ਵੀ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ, 1965 ਤੋਂ ਮੈਂ ਵੀ ਕਾਂਗਰਸ 'ਚ ਕੰਮ ਕਰ ਰਿਹਾ। ਔਰ ਜੋ ਸ਼ੁਰੂਆਤ ਸਿੱਧੂ ਸਾਹਿਬ ਨੇ ਕੀਤੀ ਹੈ ਕਿ ਸਾਰੇ ਜਿਹੜੇ ਕਾਂਗਰਸ ਦੇ ਕ੍ਰਾਈਸਿਸ ਦੇ ਸਮੇਂ ਜਿਨ੍ਹਾਂ ਦਾ ਜੀਵਨ ਕਾਂਗਰਸ 'ਚ ਲੱਗ ਗਿਆ, ਉਹਨਾਂ ਨਾਲ ਮਿਲਣੀ ਕਰਨੀ, ਉਹਨਾਂ ਤੋਂ ਸਹਿਯੋਗ ਲੈਣਾ, ਔਰ ਇਹੋ ਜਿਹੇ ਮੌਕੇ ਜਦੋਂ ਕਾਂਗਰਸ ਕ੍ਰਾਈਸਿਸ, ਔਰ ਜਿਸ ਤਰ੍ਹਾਂ ਦੇ ਨਾਲ ਮੈਂ ਕਹਿੰਦਾ ਪਿਛਲੀ ਹਾਰ ਹੋਈ ਹੈ ਤਾਂ ਪੰਜਾਬ ਦੀ ਸਥਿਤੀ ਹੋਰ ਹੋਈ, ਹੁਣ ਜ਼ਰੂਰ ਤਾਂ ਇਹਨਾਂ ਨੇ ਸ਼ੁਰੂਆਤ ਕੀਤੀ ਹੈ। ਅਸੀਂ ਸਾਰੇ ਜਿਹੜੇ, ਕਿਉਂਕਿ ਜਦੋਂ ਸਰਦਾਰ ਲਾਲ ਸਿੰਘ 69 ਦੀ ਸਪਲਿਟ ਹੋਈ, 70 'ਚ ਸਪਲਿਟ ਹੋਈ, ਅੱਤਵਾਦ ਵੀ ਅਸੀਂ ਹੰਢਾਇਆ ਔਰ ਸਾਰਿਆਂ ਨੇ ਹੰਢਾਇਆ, ਔਰ ਅਸੀਂ ਤਾਂ ਸਾਰਿਆਂ ਨੂੰ ਕੰਮ ਕੀਤਾ, ਇਹਨਾਂ ਦੇ ਪਿਤਾ ਜੀ ਨਾਲ ਵੀ ਕੰਮ ਕੀਤਾ, ਪਰ ਅੱਜ ਜ਼ਰੂਰਤ ਹੈ ਕਿ ਉਹੀ ਹਾਲਾਤ ਜਿਹੜੇ ਨੇ ਆਮ ਆਦਮੀ ਦਾ, ਲੋਕਾਂ ਨੇ ਸਾਡੀਆਂ ਅਕਾਲੀ ਦਲ ਦੀਆਂ ਔਰ ਸਾਡੀਆਂ ਜਿਹੜੀਆਂ ਕੈਪਟਨ ਸਰਕਾਰ ਦੀ ਸਰਪ੍ਰਸਤੀ ਹੈ, ਜੋ ਕੁਛ ਇੱਥੇ ਸਕੈਂਡਲ ਹੋਏ ਉਹਦਾ ਨਤੀਜਾ ਦੇਖੋ। ਔਰ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਏਜੰਡਾ ਕਿ ਕਲੀਨ ਇਮੇਜ ਦੇ ਬੰਦੇ, ਔਰ ਘਰਾਂ 'ਚ ਬੈਠੇ ਹੋਏ ਜਿਹੜੇ ਮਾਯੂਸ ਹੋ ਕੇ ਕਾਂਗਰਸੀ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਣਗੇ, ਮੈਨੂੰ ਉਹ ਯਕੀਨ ਹੈ। ਔਰ ਉਸ ਕਰਕੇ ਤਾਂ ਅਸੀਂ ਪਰਸਨਲ ਲੈਵਲ 'ਤੇ ਵੀ ਇਹਨਾਂ ਦੀ ਵਿਚਾਰਧਾਰਾ ਕਰਕੇ ਇਹਨਾਂ ਦੇ ਨਾਲ ਤੁਰੇ, ਜੇ ਵਿਚਾਰਧਾਰਾ ਕਿ ਜਾਵਾਂ ਡੋਲ ਹੁੰਦੀ ਹੋਈ ਫਿਰ ਵੀ ਸਾਨੂੰ ਸੋਚਣਾ ਪਊਗਾ, ਮਾਫ ਕਰਨਾ।
ਇਸ ਕਰਕੇ ਕਲੀਅਰ ਏਜੰਡਾ ਹੈ। ਜੇ ਉਹ ਏਜੰਡਾ ਪੈ ਉਹਦੇ ਮੈਂ ਹਮੇਸ਼ਾ ਡੱਟ ਕੇ ਇਹਨਾਂ ਨਾਲ ਰਹਾਂਗੇ ਔਰ ਕਾਂਗਰਸ ਦੇ ਵਿੱਚ ਯੰਗਰ ਜਨਰੇਸ਼ਨ ਵੀ ਆ ਅਸੀਂ ਤਾਂ ਬਹੁਤ ਅਹੁਦੇ ਦੇਖ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਸ ਪੰਜਾਬ ਨੂੰ ਇੱਕ ਚੰਗਾ ਆਦਮੀ ਓਨੈਸਟ ਆਦਮੀ ਜਿਹਨੂੰ ਲੋਕ ਪਿਆਰ ਕਰਦੇ ਹੋਣ ਉਹ ਅੱਗੇ ਆਉਣ ਤਾਂ ਕਿ ਇਸ ਪੰਜਾਬ ਤੋਂ ਔਰ ਪੰਜਾਬੀਅਤ ਨੂੰ ਔਰ ਕਾਂਗਰਸ ਨੂੰ ਮਜ਼ਬੂਤ ਕਾਂਗਰਸ ਮਜ਼ਬੂਤ ਆ ਤਾਂ ਦੇਖ ਨਹੀਂ ਕਾਂਗਰਸ ਕਮਜ਼ੋਰ ਹੋ ਗਈ ਦੇਸ਼ 'ਚ ਅੱਜ ਹਾਲਾਤ ਦੇਖਦੇ ਹਾਂ ਕੀ ਹਾਲ ਆ। ਇਸ ਲਈ ਸਿੱਧੂ ਸਾਹਿਬ 'ਤੇ ਭਰੋਸਾ ਕੀਤਾ ਦਿੱਲੀ ਵਾਲਿਆਂ ਨੂੰ ਵੀ ਕਰਦੇ ਪਰ ਇਹਨਾਂ ਦੀ ਗੱਲਾਂ ਨਹੀਂ ਸੁਣੀਆਂ ਮਾਫ਼ ਕਰਨਾ ਉਹਨਾਂ ਨੂੰ ਮੈਂ ਤਾਂ ਸਾਹਿਬ ਤੋਂ ਬੁਲਾ ਅਤੇ ਹੁਣ ਵੀ ਜੇ ਉਹ ਇਸ ਪਾਸੇ ਧਿਆਨ ਆ ਤਾਂ ਕਿ ਇੱਕ ਚੰਗੇ ਆ ਲੋਕ ਚੰਗੀ ਕਾਂਗਰਸ ਮੈਨ ਦਾ ਨੂੰ ਨਾਲ ਲੈ ਕੇ ਨਿਕਲਾਂਗੇ ਔਰ ਇੱਕ ਮੂਵਮੈਂਟ ਬਣੇਗੀ ਮੈਂ ਸਮਝਦਾ ਪੰਜਾਬ ਇੱਕ ਮੂਵਮੈਂਟ ਬਣ ਗਈ ਉਸ ਮੂਵਮੈਂਟ ਦੇ ਵਿੱਚੋਂ ਆ ਜਿਹੜੇ ਆਮ ਆਦਮੀ ਨੇ ਤਾਂ ਖਾਸ ਆਦਮੀ ਬਣੇ ਹੋਏ ਨੇ ਇਸ ਲਈ ਲੋਕਾਂ ਨੂੰ ਭੁਲੇਖਾ ਪਾਇਆ ਲੋਕ ਵੀ ਮਾਯੂਸ ਸੀ ਠੀਕ ਹੈ ਬਦਲਾਓ ਦੇ ਵਿੱਚ ਉਸਨੇ ਹੀ 'ਚ ਮੈਂ ਕਹੂੰਗਾ ਤੂਫਾਨ ਆ ਗਿਆ ਸੀ ਪੰਜਾਬ 'ਚ ਉਹ ਤੂਫਾਨ ਦੇ ਵਿੱਚ ਲੋਕਾਂ ਦੇ ਜਜ਼ਬਾਤ ਸੀ ਹੁਣ ਪਛਤਾਉਂਦੇ ਨੇ ਇਸ ਲਈ ਸਾਨੂੰ ਕੋਈ ਦਿਖਦਾ ਨਹੀਂ ਹੈ ਕਿ ਨੌਜਵਾਨ ਉਹ ਸਿੱਧੂ ਤੇ ਟੇਕ ਹੈ ਕਿ ਇਸ ਤੂਫਾਨ ਦੇ ਵਿੱਚੋਂ ਇਸ ਅਗੇਰੀ 'ਚੋਂ ਇਸ ਉਲਝਣ ਦੇ ਵਿੱਚੋਂ ਪੰਜਾਬ ਨੂੰ ਵੀ ਕੱਢਣਾ ਔਰ ਕਾਂਗਰਸ ਨੂੰ ਵੀ ਔਰ ਸਾਡੀ ਹਮੇਸ਼ਾ ਇਹਨਾਂ ਦੇ ਨਾਲ ਸਾਡਾ ਸਹਿਯੋਗ ਹੈ ਪਰਮਾਤਮਾ ਇਹਨਾਂ ਨੂੰ ਸ਼ਕਤੀ ਦੇਵੇ ਸਾਰਿਆਂ ਦੀ ਬੀਬੀ ਉਹਨਾਂ ਦਾ ਵੀ ਧੰਨਵਾਦ ਕਰਦੇ ਹੈ ਇਹਨਾਂ ਨੇ ਉਚੇਚੇ ਤੌਰ 'ਤੇ ਜਦੋਂ ਦੱਸਿਆ ਸਿੱਧੂ ਸਾਹਿਬ ਲਾਲ ਸਿੰਘ ਜੀ ਨੇ ਮੈਂ ਵੀ ਸਾਡੀ ਤੱਕ ਵੀ ਗਏ ਇਹ ਬੀਬੀ 'ਤੇ ਅਸੀਂ ਇਕੱਠੇ ਕੰਮ ਕੀਤਾ ਪਾਰਟੀ 'ਚ ਵੀ ਕਰਦੇ ਹਾਂ ਅੱਤਵਾਦ ਵੇਲੇ ਵੀ ਲੜਦੇ ਨਹੀਂ ਹੈ ਇਸ ਲਈ ਸਾਡਾ ਹਮੇਸ਼ਾ ਤੁਹਾਡੇ ਨਾਲ ਕਾਂਗਰਸ਼ਾ ਪਰ ਏਜੰਡੇ 'ਤੇ ਆਪਣੇ ਖੜ੍ਹੇ ਨੇ ਇਹ ਮੈਂ ਜ਼ਰੂਰ ਕਹਾਂ ਇਹਨਾਂ ਦੀ ਬੀਬੀ ਰਜਿੰਦਰ ਕੌਰ ਜੀ ਪਟਲ ਦੇ ਅੱਜ ਗ੍ਰਹਿ ਇਹਨਾਂ ਦੀ ਸਰਪ੍ਰਸਤੀ ਦੇ ਵਿੱਚ ਅਸੀਂ ਸਾਰੇ ਸਰ ਨਵਜੋਤ ਸਿੰਘ ਸਿੱਧੂ ਸਾਹਿਬ ਸਰ ਲਾਲ ਸਿੰਘ ਜੀ ਸਰ ਸ਼ਮਸ਼ੇਰ ਸਿੰਘ ਗੁੱਲੂ ਜੀ ਅਸੀਂ ਇੱਕ ਵਿਚਾਰ ਆਪਸ ਦੇ ਵਿੱਚ ਕਰ ਰਹੇ ਹਾਂ ਕਿ ਜਿਹੜੀ ਕਾਂਗਰਸ ਪਾਰਟੀ ਦਾ ਜਿਹੜਾ ਅੱਜ ਹਾਲਾਤ ਜਿਹੜੇ ਡਾਊਨ ਹੋਏ ਕਾਂਗਰਸ ਪੰਜਾਬ ਵਿੱਚ ਡਾਊਨ ਹੋਈ ਉਹਦੇ ਕੀ ਕਾਰਨ ਹੈ ਔਰ ਅਸੀਂ ਜਿਹੜੇ ਲੋਕ ਮਾਯੂਸ ਆ ਕਾਂਗਰਸ ਵਾਲੇ ਪੁਰਾਣੇ ਪਰਿਵਾਰ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ 10-15 ਸਾਲ ਪਿੱਛੇ ਕਿਸੇ ਨੇ ਪੁੱਛਿਆ ਬਲਕਿ ਉਹਨਾਂ ਦੀ ਰਿਪਲੇਸਮੈਂਟ ਕਰਨ ਵਾਸਤੇ ਮਾਫੀਆ ਟਾਈਪ ਲੋਕ ਜਿਹੜੇ ਅੱਗੇ ਲਿਆਉਂਦੇ ਗਏ ਤਾਂ ਕਿ ਉਹ ਲੋਕ ਜਿਹੜੇ ਆ ਪਿੱਛੇ ਰਹਿ ਜਾਣ ਔਰ ਜਿਹੜੇ ਮਾਫੀਆ ਟਾਈਪ ਲੋਕ ਆ ਉਹ ਅੱਗੇ ਆ ਉਹਦਾ ਹੀ ਨਤੀਜਾ ਕਿ ਅੱਜ ਕਾਂਗਰਸ ਬਹੁਤ ਥੱਲੇ ਚਲੇ ਲੇਕਿਨ ਇਹ ਕੋਈ ਨਵਾਂ ਸਮਾਂ ਨਹੀਂ ਮੈਂ ਥੋੜ੍ਹੀ ਜੇ ਪਿੱਛੇ ਜਾਵਾਂ ਤਾਂ 1977 ਦੇ ਵਿੱਚ ਕਾਂਗਰਸ ਦਾ ਵੀ ਬੜਾ ਬੁਰਾ ਹਾਲ ਹੋਇਆ ਸਾਹਿਬ ਜੀ ਹੋਏ ਸਾਰੇ ਮੇਰੇ ਫਾਦਰ ਉਸ ਵੇਲੇ ਇਲੈਕਟਡ MLA ਸੀਗੇ ਬਹੁਤ ਘੱਟ MLA ਉਸ ਵੇਲੇ ਬਣੇ ਸੀਗੇ ਉਸ ਤੋਂ ਬਾਅਦ ਫਿਰ ਕਈ ਵਾਰੀ ਆਇਆ 14 ਸੀਟਾਂ ਵੀ ਆਈਆਂ 17 ਵੀ ਆਈਆਂ ਲੇਕਿਨ ਜਦੋਂ ਜਦੋਂ ਕਾਂਗਰਸ ਥੱਲੇ ਗਈ ਹੈ ਕਾਂਗਰਸ ਨੇ ਜਦੋਂ ਆਤਮ ਮੰਥਨ ਕੀਤਾ ਆਪਣੇ ਆਪ ਨੂੰ ਸਟੈਂਥਨ ਕੀਤਾ ਅਤੇ ਕਾਂਗਰਸ ਉੱਪਰ ਕੇ ਗਈ ਔਰ ਹੁਣ ਵੀ ਮੈਂ ਸਮਝਦਾ ਕਿ ਕਾਂਗਰਸ ਜਿਹੜੀ ਹੈ ਉਹ ਮਾਯੂਸ ਜ਼ਰੂਰ ਹੈ ਲੇਕਿਨ ਉਹਨਾਂ ਤੋਂ ਕਾਂਗਰਸ ਤੋਂ ਕੋਈ ਨਾਰਾਜ਼ ਔਰ ਨਿਰਾਸ਼ ਨਹੀਂ ਹੈ ਔਰ ਮਾਯੂਸੀ ਦਾ ਆਲਮ ਜਿਹੜਾ ਹੈਗਾ ਸਿੱਧੂ ਸਾਹਿਬ ਨੇ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਅਸੀਂ ਸਾਰਿਆਂ ਨੇ ਕੱਢਣਾ ਤਾਂ ਕਿ ਕਾਂਗਰਸ ਨੂੰ ਲਾਮਬੰਦ ਕੀਤਾ ਜਾਵੇ ਔਰ ਜਿਹੜੀਆਂ ਸਰਕਾਰਾਂ ਸਮੇਂ ਸਮੇਂ ਅਨੁਸਾਰ ਲੋਕਾਂ ਦੀਆਂ ਪਾਲਿਸੀਆਂ ਬਣਾਉਂਦੀ ਆ ਲੇਕਿਨ ਲੋਕ ਨੂੰ ਇੰਪਲੀਮੈਂਟ ਨਹੀਂ ਕਰਦੀ ਉਹਦੇ ਨਾਲ ਜਿਹੜਾ ਹੈਗਾ ਫਿਰ ਪਾਰਟੀ ਨੂੰ ਕਰਨਾ ਪੈਂਦਾ ਔਰਗਨਾਈਜੇਸ਼ਨ ਨੂੰ ਬਿਲਡ ਕਰਨਾ ਕਿਉਂਕਿ ਅਸੀਂ 5
ਸਾਬਕਾ ਪ੍ਰਧਾਨ ਰਹੇ ਹਾਂ, ਸਾਨੂੰ ਪਤਾ ਕਿ ਔਰਗਨਾਈਜੇਸ਼ਨ ਨੂੰ ਕਿੱਦਾਂ ਬਿਲਡ ਕਰਨਾ। ਔਖੇ ਸਮੇਂ ਦੇ ਵਿੱਚ ਜਦੋਂ ਸਰਕਾਰ ਨਾ ਹੋਵੇ ਉਸ ਵੇਲੇ ਜਿਹੜੀਆਂ ਪਾਰਟੀ ਦੀਆਂ ਜਿਹੜੀਆਂ ਪ੍ਰਾਇਓਰਟੀਜ਼ ਹੋਰ ਹੁੰਦੀਆਂ, ਜਦੋਂ ਸਰਕਾਰ ਬਣ ਜਾਂਦੀ ਹੈ ਪ੍ਰਾਇਓਰਟੀ ਪਾਰਟੀ ਦੀਆਂ ਪ੍ਰਾਇਓਰਟੀਜ਼ ਹੋਰ ਹੁੰਦੀਆਂ। ਜਦੋਂ ਵੀ ਸਰਕਾਰ ਮੈਂ ਦੇਖਿਆ ਪਾਵਰ ਬਣਦੀ ਹੈ ਤਾਂ ਪਾਰਟੀ ਕਮਜ਼ੋਰ ਹੁੰਦੀ ਹੈ। ਸੋ ਇਸ ਵੇਲੇ ਸਾਨੂੰ ਲੋੜ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇੱਕ ਐਸਾ ਹਮਲਾ ਮਾਰੀਏ, ਕਿਉਂਕਿ ਸਾਡੇ ਸਾਰਿਆਂ ਦੇ ਚਿਹਰੇ ਮੂਹਰੇ ਲੋਕਾਂ ਨੇ ਦੇਖੇ ਆ, ਸਾਡਾ ਰਸ ਸਾਫ਼ ਹੈ ਔਰ ਲੋਕ ਸਾਡੇ ਵੱਲ ਦੇਖ ਰਹੇ ਨੇ। ਇਸ ਕਰਕੇ ਜੇ ਅਸੀਂ ਲੋਕਾਂ ਨੂੰ ਕਹਾਂਗੇ ਸਾਡੇ ਨਾਲ ਆਓ ਤਾਂ ਲੋਕ ਜ਼ਰੂਰ ਜੁੜਨਗੇ। ਜੇ ਅਸੀਂ ਇਹ ਕਹਾਂਗੇ ਕਿ ਇੱਥੇ ਸਾਨੂੰ ਕਿਸੇ ਦੀ ਲੋੜ ਨਹੀਂ ਤਾਂ ਲੋਕ ਨਹੀਂ ਜੁੜਦੇ, ਲੋਕ ਪਿਆਰ ਨਾਲ ਜੁੜਦੇ ਆ, ਲੋਕ ਸਰਕਾਰ ਨਾਲ ਜੁੜਦੇ ਆ, ਲੋਕਾਂ ਨੂੰ ਮਾਣ ਦਿੱਤਾ ਜਾਣਾ ਚਾਹੀਦਾ। ਇਸ ਜਿਹਨਾਂ ਨੂੰ ਅਸੀਂ ਮਾਣ ਦਿਆਂਗੇ ਲੋਕ ਆਪਣੇ ਆਪ ਸਾਡੇ ਨਾਲ ਜੁੜੇ ਆ ਉਹ ਜੁੜਨਗੇ। ਪਿੱਛੇ ਮਾਣ ਨਹੀਂ ਮਿਲਿਆ ਇਸ ਕਰਕੇ ਲੋਕ ਜਿਹੜੇ ਆ ਕਾਂਗਰਸ ਤੋਂ ਪਿੱਛੇ ਹਟੇ ਆ। ਮੇਰੀ ਤਾਂ ਇਹ ਰਾਏ ਆ ਕਿ ਸਾਨੂੰ ਸਾਰਿਆਂ ਨੂੰ ਯੂਨਾਈਟਿਡ ਹੋ ਕੇ ਪੰਜਾਬ ਦੇ ਜਿਹੜੇ ਕਾਂਗਰਸੀ ਪਰਿਵਾਰ ਆ, ਲੋਕ ਆ, ਘਰਾਂ 'ਚ ਬੈਠੇ ਆ, ਮਾਯੂਸ ਆ, ਉਹਨਾਂ ਨੂੰ ਅਸੀਂ ਉਹਨਾਂ ਦਾ ਹਾਲ ਚਾਲ ਪੁੱਛੀਏ ਔਰ ਉਹਨਾਂ ਨੂੰ ਪ੍ਰੇਰਨਾ ਦੇਈਏ ਉਹਨਾਂ ਨੂੰ ਕਿ ਤੁਸੀਂ ਕਾਂਗਰਸ ਨਾਲ ਜੁੜੋ, ਸਾਡਾ ਪਰਿਵਾਰ ਆ, ਪਰਿਵਾਰ ਨੂੰ ਵੱਡਾ ਕਰੀਏ।